ਆਹ ਰੋਡ ਬਣਵਾਈ ਰਹੇ ਹੋ? ਰੋਡ ਬਣਵਾਈ ਰਹੇ ਹਾਂ, ਅੱਲਾ ਕਰਿਆ ਬਣੀ ਜਾਏ। ਜਾ ਠੀਕ ਹੈ, ਹੋਰ ਸੁਣਾਓ। ਅੱਜ ਰੋਡਾਂ ਨੇ ਕੰਮ ਆਉਣਾ ਪਿਆ, ਜਿਹੜਾ ਰਹੀ ਗਿਆ ਸੀ ਬਣਨਾ ਪਿਆ। ਅੱਛਾ, ਪਾਣੀ ਦੀ ਡਿਊਟੀ ਹੈ, ਡਿਊਟੀ ਹੈ ਪਾਣੀ ਦੇਣਾ। ਅੱਛਾ ਅੱਛਾ, ਸਹੀ ਹੈ। ਅੱਛਾ, ਪਾਣੀ ਦਰਿਆ ਠੀਕ ਹੋਈ ਗਿਆ, ਰੋਡ ਬਣੀ ਗਿਆ ਜਨਾਬ। ਜੀ ਜੀ, ਬੜਾ ਪਾਇਦਾਰ ਜਨਾਬ ਸਾਹਿਬ, ਅੱਛਾ ਔਰ ਮਜ਼ਬੂਤ। ਜੀ ਜੀ, ਮਜ਼ਬੂਤ ਵੀ ਹੈ ਜੀ। ਸਹੀ ਸਹੀ, 6-8 ਦੀ ਬਣੀ ਗਈ ਹੈ ਜੀ। 52 ਅਸਲਾਮ ਅਲੈਕੁਮ ਮਾੜੇ ਭੈਣੋ ਅਤੇ ਮਾੜੇ ਭਰਾ, ਉਮੀਦ ਆ ਸਾਰੇ ਠੀਕ ਠਾਕ ਹੋਸੋ, ਖੁਸ਼ ਪਾਸ਼ ਹੋਸੋ, ਜਿੱਥੇ ਵੀ ਹੋਸੋ ਆਪਣੀ ਜ਼ਿੰਦਗੀ ਐਸੇ ਤਰੀਕੇ ਨਾਲ ਗੁਜ਼ਾਰਨੇ ਹੋਸੋ। ਲੱਖੋਂ ਕਰੋੜੋਂ ਦਰੂਦ ਓ ਸਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪਰ ਔਰ ਨਣੀ ਆਲ ਪਰ। ਸਭ ਤੋਂ ਪਹਿਲੇ ਸਾਰਿਆਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ, ਸੋ ਕੀਮਤੀ ਟਾਈਮ ਕੱਢੀ ਸਾਡੀ ਵੀਡੀਓ ਤੱਕ ਨਹੀਂ ਹੋ। ਮੈਂ ਆਪਣਾ ਵਿਲਾਗ ਸ਼ੁਰੂ ਕਰੀ ਕਹਿੰਦਾ ਅੱਲਾਹ ਦੇ ਨਾਂ ਪਰ ਔਰ ਨਬੀ ਪਾਕ ਔਰਾਂ ਦੇ ਨਾਂ ਪਰ। ਅੱਲਾਹ ਪਾਕ ਹਰ ਬੰਦੇ ਕੀ ਸਿਹਤ ਦੇਣ ਔਰ ਤੰਦਰੁਸਤੀ ਦੀ ਜ਼ਿੰਦਗੀ ਦੇਣ, ਅਤੇ ਤੁਸਾਂ ਸਾਡੇ ਵਾਸਤੇ ਵੀ ਦੁਆ ਕਰੇ, ਅਸਾਂ ਤੁਸਾਂ ਵਾਸਤੇ ਵੀ ਦੁਆ ਕਰਨੇ ਹਾਂ। ਅੱਲਾਹ ਪਾਕ ਹਰ ਬੰਦੇ ਕੀ ਸਿਹਤ ਦੇਣ। ਅੱਜ ਜੁਲਸਾਂ ਅਦਰੀਸ ਭਾਈ ਉਹਨਾਂ ਨੇ ਗ੍ਰਾਮ ਵਿੱਚ ਬਲੱਥੀ, ਉੱਥੇ ਰੋਡ ਬਣੀ ਵੀ ਹੈ, ਜਿਹੜੀ ਰੋਡ ਰਹਿ ਗਈ ਸੀ, ਜਿਸ ਰੋਡਾਂ ਪਰ ਪਾਣੀ ਖਲੀ ਜਾਣਾ ਸੀ ਔਰ ਜਿਹੜੇ ਲੋਕ ਉੱਥੋਂ ਲੰਘਣੇ ਉਹਨਾਂ ਵਾਸਤੇ ਮੁਸ਼ਕਲਾਂ ਨੇ ਸਾਹਮਣਾ ਸੀ, ਅਤੇ ਹਰ ਆਏ ਦਿਨ ਬਾਰਿਸ਼ਾਂ ਹੋਣੀਆਂ ਸਨ। ਸਾਵਣ ਜਿਹੜਾ ਪਾਦਰੀ ਹੋਇਆ, ਇਸ ਨੇ ਵੀ ਜ਼ਿਆਦਾ ਬਾਰਿਸ਼ਾਂ ਹੋਣੀਆਂ ਸਨ, ਪਾਣੀ ਖਲੀ ਜਾਣਾ ਸੀ, ਪੂਰਾ ਡੈਮ ਬਣੀ ਜਾਣਾ ਸੀ ਉੱਥੇ। ਉਹ ਰੋਡ ਬਣੀ ਵੀ ਹੈ, ਉਹ ਹਿੱਸਾ ਰਹਿ ਗਿਆ ਸੀ, ਹੁਣ ਜੁਲੇ ਹਾਂ, ਤੁਸੀਂ ਵੀ ਉਸ ਰੋਡ ਨਾਲ ਵਿਊ ਕਰਾਉਣੇ ਆ, ਔਰ ਜਿਹੜੀ ਰੋਡ ਬਣੀ ਚੁੱਕੀ ਹੈ ਉਸ ਨਾਲ ਵੀ ਵਿਊ ਕਰਾਉਣੇ ਆ, ਅਤੇ ਤੁਸੀਂ ਲਾਲ ਬਲੱਥੀ ਦਾ ਥੋੜ੍ਹਾ ਡੈਮ ਵੀ ਦੱਸਣੇ ਆ, ਹੁਣ ਜੁਲੇ ਹਾਂ। ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਸਾਡਾ ਚੈਨਲ ਸਬਸਕ੍ਰਾਈਬ ਕਰੀ ਛੋ, ਤਾਂ ਕਿ ਅਸ਼ਨੇਲੇ ਵਿਲਾਗ ਤੁਸੀਂ ਮਿਸ ਨਾ ਕਰੀ ਸਕੋ। ਹੁਣ ਤੁਸੀਂ ਭਰਾ ਜੁਲਿਆ ਬਲੱਥੀ, ਤੁਸੀਂ ਵਿਊ ਕਰਾ ਸੀ, ਤਾਂ ਲੈਟਸ ਗੋ। ਏ ਫਿਊ ਮੋਮੈਂਟਸ ਲੇਟਰ, ਇਹ ਰੋਡ ਕੰਪਲੀਟ ਹੋ ਗਈ ਹੈ ਜੀ। ਅਦਰੀਸ ਭਾਈ ਹੋਰਾਂ ਦੀ ਕਾਰ ਜਾਣੀ ਸੀ ਰੋਡ, ਇਹ ਸਾਰੀ ਕੰਪਲੀਟ ਹੋਈ। ਸਭ ਪਹੁੰਚੀ ਹੈ ਜੀ ਬਲੱਥੀ, ਰੋਡ ਬਣੀ ਵੀ ਹੈ, ਜਿਹੜਾ ਹਿੱਸਾ ਰਹਿ ਗਿਆ ਸੀ ਉਹ ਵੀ ਰੋਡ ਆ, ਜੇ ਕੰਮ ਹੋਣਾ ਪਿਆ ਤਾਂ ਤੁਸੀਂ ਆਪਣੇ ਸਾਰੇ ਇੱਥੇ ਖਲਤੇ ਵਿਆ ਤਾਂ ਬੰਦੇ, ਅਤੇ ਹੁਣ ਜੁਲਨੇ ਹਾਂ, ਤੁਸੀਂ ਦੱਸਣੇ ਹਾਂ ਕਿੱਥੋਂ ਇਹਨਾਂ ਸ਼ੁਰੂ ਕੀਤੀ ਹੈ, ਅੱਗੇ ਸੰਗੀ ਜਿਹੜਾ ਲਾਲ ਲਾਲ ਦੱਸਣੇ, ਜਿਹੜਾ ਉਹਨੂੰ ਰੋਡਾਂ ਨੇ ਵਾਲੇ ਲਾ ਜੁਲਨੇ ਲਾਲ ਪੂਜਨ ਕਿਉਂ ਕਿੰਨੇ ਆ। ਇਹ ਤੱਕੀ ਸਕਦੇ ਜੀ ਬੰਦੇ ਸਾਰੇ ਲੱਗੇ ਵੀ, ਰੋਡ ਬਣੀ ਵੀ ਹੈ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਸਿਹਤ ਠੀਕ ਹੈ? ਹੋਰ ਸੁਣਾਓ। ਅੱਜ ਰੋਡਾਂ ਨੇ ਕੰਮ ਆਉਣਾ ਪਿਆ, ਜਿਹੜਾ ਰਹਿ ਗਿਆ ਸੀ ਰਹਿ ਗਿਆ ਸੀ ਬਣਨਾ ਪਿਆ। ਅੱਛਾ, ਠੀਕ ਹੋਈ ਗਿਆ, ਠੀਕ ਠੀਕ, ਅਤੇ ਇਹ ਸਾਰੇ ਗਿਆ ਸੀ, ਛੋੜੀ ਗਏ ਸੀ ਥੋੜ੍ਹਾ ਰਹਿ ਗਿਆ ਸੀ, ਬਾਰਿਸ਼ਾਂ ਨਹੀਂ ਵਜਾ ਤੋਂ ਨਾਲ ਹੀ ਖੁਦਗੀ ਹੋਈ ਗਈ ਸੀ। ਅੱਛਾ ਠੀਕ ਹੈ, ਥੋੜ੍ਹਾ ਮਾਮਲਾ ਦੇ ਗਏ, ਤੁਹਾਨੂੰ ਪਤਾ ਪਾਣੀ ਸ਼ਾਣੀ ਬਹੁਤ ਪਹਿਲਾਂ ਸੀ। ਸਹੀ ਹੈ, ਮਸਲਾ ਬਣਾ ਸੀ। ਠੀਕ ਠੀਕ ਠੀਕ, ਇਸ ਬਾਰੇ ਅੱਜ ਸਟਾਰਟ ਕਰੀ ਕਿੰਨਾ ਨੇ? ਅੱਛਾ ਜੀ, ਠੀਕ ਹੈ। ਮੈਂ ਤਾਂ ਤੱਕੀ ਕੋਣ ਵਾਹ ਮੈਂ ਲੱਗਾ, ਇਹ ਵਾਹ ਬੈਠੇ, ਇਹ ਲਾਲ ਇਹ ਨੂਰ ਸਲਾਮ ਹੈ, ਕੀ ਹਾਲ ਹੈ? ਠੀਕ ਠਾਕ ਜੀ, ਹੋਰ ਸੁਣਾਓ? ਬਸ ਠੀਕ ਹੈ।
ਸਾਡੀ ਪਾਣੀ ਦੀ ਡਿਊਟੀ ਹੈ। ਹਾਂ ਸਾਡੀ ਡਿਊਟੀ ਹੈ ਪਾਣੀ ਦੇਣਾ। ਅੱਛਾ ਸਹੀ ਹੈ। ਹੋਰ ਠੀਕ ਹੋ? ਪਾਣੀ ਖਲਣਾ ਸੀ ਹੁਣ ਪਾਣੀ ਦੇਣੇ ਆ ਨਾ ਹੁੰਦੇ ਨੇ ਅਗਾ ਬਹੁਤ ਖਲਣਾ ਸੀ ਹੈਗਾ ਹੁਣ ਨਾ ਦੇਸਾਂ ਤਾਂ ਹੀ ਕੰਮ ਚੱਲਦੀ। ਸਹੀ ਸਹੀ ਹੈ ਸਹੀ ਹੈ ਠੀਕ ਹੋ ਜੀ ਕੀ ਹਾਲ ਹੈ? ਠੀਕ ਹੋ? ਠੀਕ ਹੋ ਜੀ ਸਾਹਿਬ ਜੀ। ਅੱਛਾ ਰੋਡਾਂ ਦਾ ਕੰਮ ਜਾਰੀ ਹੈ? ਕੰਮ ਜਾਰੀ ਹੈ ਜੀ ਦੇਖੋ ਕੱਜ ਗਿਆ। ਅੱਛਾ ਨਾ ਨਾ ਜ਼ਬਰਦਸਤ ਜਿਹੜਾ ਨਾ ਉੱਚਾ ਕੀਤਾ ਰੋਡ ਇਹ ਰੋਡ ਰਹਿ ਗਈ ਸੀ ਜੀ। ਇਸ ਰੋਡ ਹੈ ਉੱਚਾ ਕੀਤਾ ਨੇ ਪਾਣੀ ਜਿਹੜਾ ਨਾ ਸੈਡਮ ਲਗਾ ਜੇ ਐ ਤੱਕ ਹੀ ਸਕਦੇ ਜੀ। ਕੀ ਹਾਲ ਹੈ? ਠੀਕ ਹੋ? ਹੋਰ ਸਹੀ? ਠੀਕ ਹੈ ਜੀ ਅੱਲਾਹ ਦਾ ਸ਼ੁਕਰ ਹੋਰ ਸਹੀ ਠੀਕ ਹੈ। ਠੀਕ ਸਿਹਤ ਖਰਾਬ ਹੋਈ ਵੀ ਸੀ ਹੋਰ ਠੀਕ ਹੋ? ਹੋਰ ਸੁਣਾਓ ਸਹੀ ਠੀਕ ਹੈ? ਠੀਕ ਹੋ? ਸਹੀ ਠੀਕ ਹੈ ਅੱਲਾ ਦਾ ਸ਼ੁਕਰ ਜ਼ਬਰਦਸਤ ਜੀ ਜੀ ਆਹ ਅੱਲਾ ਕਰਾ ਜਿਹੜਾ ਨਾ ਐ ਤਾਂ ਕਿਸੇ ਨੇ ਚੀਜ਼ ਬਾਈ ਉੱਪਰ ਕੰਕਰੀਟ ਜੀ ਤੇ ਉਸ ਤੋਂ ਬਾਅਦ ਫਿਰ ਬਜੀ ਸ਼ੇ ਜੀ ਬੱਸ ਤੇ ਪਹਿਲੇ ਉੱਥੇ ਰੋਡ ਬਣਤੀ ਸੀ ਐ ਤਾਂ ਕਿਸੇ ਕਿਸੇ ਜੀ ਇਹ ਬਣੀ ਗਈ ਸੀ ਰੋਡ ਤੇ ਇਸ ਤੋਂ ਬਾਅਦ ਇਹ ਰੋਡ ਰਹਿ ਗਈ ਸੀ ਇਹ ਟੋਟਾ ਥੋੜ੍ਹਾ ਜਿਹਾ ਅੱਲਾ ਕਰਸੀ ਜੀ ਜੀ ਅੱਜ ਜਿਹੜਾ ਅੱਲਾ ਕਰਸੀ ਕੰਪਲੀਟ ਹੋਈ ਸੀ ਅਤੇ ਲੱਗੀ ਇਨਸ਼ਾ ਅੱਲਾ ਫਿਰ ਜਿਹੜਾ ਠੀਕ ਹੋਈ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ? ਠੀਕ ਹੋ? ਅੱਜ ਸਾਡੀ ਰੋਡ ਬਣੀ ਵੀ ਹੈ ਤਾਂ ਇਸਨੇ ਹਵਾਲੇ ਨਾਲ ਗਵਾਉਣਾ ਚਾਹੁੰਦੇ ਹੋ? ਠੀਕ ਹੈ। ਅੱਜ ਰੋਡ ਬਣੀ ਵੀ ਅਸਾਂ ਨੀ ਇਸਨੇ ਹਵਾਲੇ ਕੋਈ ਮਾਣਾ ਚਾਹੁੰਦੇ ਦੋ ਚਾਰ ਗੱਲਾਂ ਸਹੀ ਹੈ? ਕਿਸੇ ਤਰ੍ਹਾਂ ਦਾ ਮਸਲਾ ਨੀ ਹੋਇਆ। ਜਦ ਤੱਕ ਮੁਕਾਮੀ ਲੋਕ ਤਾਵਨ ਨਾ ਕਰਨ ਤਦ ਤੱਕ ਰੋਡ ਨਾ ਉਹ ਪਾਏਦਾਰ ਬਣ ਸਕਦੀ ਹੈ ਤੇ ਨਾ ਉਹ
ਪੁੱਛੇ ਤਰੀਕੇ ਨਾਲ ਬਣੀ ਕੰਮ ਹੋ ਸਕਦਾ ਜੀ 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 ਇਸ ਲਈ ਸਾਰਾ ਖਾਸ ਹੁੰਦਾ ਜਿਹੜੇ ਤਰੇ ਬੰਦੇ ਖਲੋਤੇ ਨੇ ਇਹਨਾਂ ਦਾ ਸਾਰੀ ਰੋਡ ਵੀ ਬਹੁਤ ਆਵਾਂ ਅੱਛਾ ਅੱਛਾ ਠੀਕ ਠੀਕ ਨਾ ਭਾਰਤ ਰਾਂ ਨੂੰ ਸਾਡਾ ਇੱਥੇ ਆ ਰਿਹਾ ਸਹੀ ਹੈ ਸਹੀ ਹੈ ਜੀ ਪਤਾ ਹੈ ਰੋਡ ਖੜਾ ਹੈ ਨਾ ਜੀ ਜੀ ਇਨਸ਼ਾਅੱਲਾ ਅੱਜ ਮੁਕੰਮਲ ਹੋ ਜਾਏਗੀ ਇਨਸ਼ਾਅੱਲਾ ਜੀ ਜੀ ਇਨਸ਼ਾਅੱਲਾ ਠੀਕ ਹੈ ਜੀ ਅਲਹਮਦੁਲਿਲਾ ਜੀ ਠੀਕ ਠੀਕ ਬੜਾ ਹੀ ਖੂਬਸੂਰਤ ਇਲਾਕਾ ਹੈ ਜੀ ਇਹ ਕੋਠੀ ਬੜੀ ਖੂਬਸੂਰਤ ਹੈ ਜੀ ਇਹ ਦਰੀਸ਼ ਭਾਈ ਨੂੰ ਕਾਰ ਹੈ ਜੀ ਅੰਦਰ ਉਹ ਦਰੀਸ਼ ਭਾਈ ਨੂੰ ਕਾਰ ਆਇਆ ਸੋਚਿਆ ਜੀ ਦੱਸਣੀ ਇਹ ਰੋਡ ਤਕਰੀਬਨ ਕੰਪਲੀਟ ਹੋ ਗਿਆ ਛੋਟਾ ਜਿਹਾ ਬਾਜ਼ਾਰ ਹੈ ਤਾਂ ਕੀ ਹਾਲ ਹੈ ਇੱਕ ਹਾਂ ਅੱਲਾ ਪਾਕ ਸਾਰੇ ਹੀ ਸਿਹਤ ਦੇਣ ਜੀ ਤੰਦਰੁਸਤੀ ਨਹੀਂ ਜ਼ਿੰਦਗੀ ਦੇਣ ਅਤੇ ਸਾੜੀ ਦੁਆ ਆ ਅਤੇ ਜਿਤਨੇ ਭੈਣਾਂ ਭਰਾ ਤੱਕਣੇ ਹੋ ਪੰਜ ਵਕਤ ਨਮਾਜ਼ ਪੜ੍ਹੋ ਅੱਲਾ ਕੀ ਯਾਦ ਕਰੋ ਅਤੇ ਜ਼ਿੰਦਗੀ ਨੇ ਜਿਹੜੇ ਦਿਹਾੜੇ ਅੱਛੇ ਗੁਜ਼ਾਰੋ ਭੈਣਾਂ ਭਰਾ ਦਾ ਰਿਸ਼ਤੇਦਾਰਾਂ ਦਾ ਅੱਛਾ ਸਲੂਕ ਰੱਖੋ ਅਤੇ ਆਈਏ ਜੇ ਨੇਕੀ ਨੇ ਕੰਮ ਕਰੋ ਰੋਡ ਬਣਾਓ ਅਤੇ ਆਈਏ ਜੇ ਕਿਸਾਨ ਵਾਸਤੇ ਜਗ੍ਹਾ ਦਿਓ ਇਹ ਨੇਕੀ ਨਾ ਕੰਮ ਨੇ ਸਦਾ ਸਦਕਾ ਜਾਰੀ ਆ ਔਰ ਸਦਾ ਨਾ ਚੱਲਣ ਲਾਇਆ ਕਿ ਅੱਲਾ ਤਾਲਾ ਸਾਰੇ ਕਿੱਸੇ ਦੇ ਤੰਦਰੁਸਤੀ ਨਹੀਂ ਕਿਤੇ ਬੱਤੀ ਨੇ ਰੋਡ ਬੜੇ ਚੰਗੇ ਹੋਈ ਗਏ ਮਾਸ਼ਾ ਅੱਲਾ ਐਂ ਵੀ ਤਾਂ ਕਿਸੇ ਨੂੰ ਕਿਸਾਨ ਹੈ ਇਹ ਤਾਂ ਕਿਸੇ ਨੇ ਜੀ ਬਲੱਥੀ ਡੈਮ ਬਿਲਕੁਲ ਫੁੱਲ ਹੋਇਆ ਵਾ ਔਰ ਇਹ ਲਾਲ ਗਰਾਂ ਆ ਇਹ ਲਾਲ ਹੀ ਬੁਣ ਤਾਂ ਕਿਸੇ ਨੇ ਡੈਮ ਪਾਣੀ ਪੁੱਛ ਗਿਆ ਕਿਸ਼ਤੀਆਂ ਵੀ ਬੁਣ ਖਲਦੀਆਂ ਵਾ ਪਾਰ ਜਾਣ ਵਾਸਤੇ ਪਾਕਿਸਤਾਨ ਇਲਾਕੇ ਤੋਂ ਇਹ ਗ੍ਰਾਮ ਵੀ ਕੱਚੀ ਸਮੇਂ ਪਾਰ ਅਸਲ ਭਾਈ ਪਾਣੀ ਫੁੱਲ ਹੋਇਆ ਸਹੀ ਜੀ ਜੀ ਫੁੱਲ ਅੱਜ ਦਾ ਵਲਾਗ ਅਸਾਂ ਇੱਥੇ ਐਂਡ ਕਰਨੇ ਉਮੀਦ ਕਰ ਰਹੇ ਹਾਂ ਅੱਜ ਦਾ ਵਲਾਗ ਪਣਾਪਣਾ ਕੀ ਪਸੰਦ ਸੀ ਇਨਸ਼ਾਅੱਲਾ ਇੱਕ ਨਵਾਂ ਵਲਾਗ ਕਿਣੀ ਨਈ ਜਗ੍ਹਾ ਨਹੀਂ ਹਾਜ਼ਰ ਹੋ ਸਾਂ ਆਪਣੇ ਭਰੋ ਕੀ ਦਿਓ ਇਜਾਜ਼ਤ ਓਕੇ ਖੁਦਾ